ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰਦੀਪ, ਤੁਹਾਡਾ ਸਵਾਗਤ ਕਰਦਾ ਕਬੱਡੀ 365.com 'ਤੇ। ਜਿਹੜੇ ਜਿਹੜੇ ਮੇਰੇ ਵੀਰਾਂ ਨੇ ਅਜੇ ਤੱਕ ਸਾਡੇ ਇਸ ਯੂਟਿਊਬ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਜ਼ਰੂਰ ਕਰ ਲਓ। ਨਾਲ ਹੀ ਨਾਲ ਵਾਲੇ ਘੰਟੀ ਦੇ ਬਟਨ 'ਤੇ ਕਲਿੱਕ ਜ਼ਰੂਰ ਕਰਨਾ ਤਾਂ ਕਿ ਨੋਟੀਫਿਕੇਸ਼ਨ ਵੀ ਮਿਲਦੇ ਰਹਿਣ। ਆਓ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਮੈਚ। ਲਓ ਅੱਜ ਦੇ ਦਿਨ ਦਾ ਕਹਿੰਦੇ ਪਹਿਲਾ ਸੈਮੀਫਾਈਨਲ ਮੈਚ ਇਸ ਲਈ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ। ਬੁਰਜਹਾਰੀ ਪਿੰਡ ਦਾ ਕਹਿੰਦੇ ਗੁਰਪ੍ਰੀਤ ਕਬੱਡੀ ਯਗਤ ਐਨ ਸਿਰੇ ਦਾ ਰੇਡਰ, ਕਹਿੰਦੇ ਉਹ ਵੀ ਕੈਨੇਡਾ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਪੁੱਜਾ ਹੈ। ਕਲੀ ਵਾਲਾ ਮੇਰਾ ਵੀਰ ਗਰਾਊਂਡ ਦੇ ਵਿੱਚ ਕਲੀ ਨਹੀਂ ਜ਼ਰੂਰ ਪਾ ਦੇਵੇ। 10-10 ਪਲੇਅਰ ਹੋਣਗੇ, ਇੱਕ ਇੱਕ ਕੋਚ ਹੋਵੇਗਾ। ਲਓ ਮੈਚ ਸ਼ੁਰੂ ਹੈ। ਇੱਕ ਪਾਸੇ ਯਾਦਵਾਲੀ, ਫਤਿਹਗੜ੍ਹ ਛੰਨਾ ਵਾਲਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ। ਪਹਿਲੀ ਰੇਡ ਸ਼ਾਹਕੋਟ ਦੀ ਟੀਮ ਵੱਲੋਂ ਪੈ ਚੁੱਕੀ ਹੈ। ਆਓ ਹਰਦੇਵ ਫਕਰ ਝੰਡੇ ਵਾਲਾ ਕਰਦਾ ਕੋਸ਼ਿਸ਼, ਦੇਖੋ ਦੇ ਪੈਰ। ਪੁਆਇੰਟ ਜਿਹੜਾ ਇਸ ਵੇਲੇ ਸ਼ਾਹਕੋਟ ਦੀ ਟੀਮ ਦੇ ਹਿੱਸੇ ਜਾ ਜੁੜਿਆ। ਇਹ ਪਾਲੀ ਫਤਿਹਗੜ੍ਹ ਛੰਨਾ ਵਾਲਾ ਜਿਹੜਾ ਪੁਆਇੰਟ ਜੋੜਦਾ। ਲਓ ਅਗਲੀ ਰੇਡ ਦੋਧੇ ਵਾਲਾ ਸੰਦੀਪ ਆਇਆ। ਹਾਂ, ਇਹ ਸੰਦੀਪ ਦੋਧੇ ਦੀ ਧਰਤੀ ਦਾ ਨੌਜਵਾਨ। ਲਓ ਰਿਸ਼ਪਾਲ ਦੇ ਨਾਲ ਮੁਕਾਬਲਾ ਤੇ ਪੁਆਇੰਟ ਸੰਦੀਪ ਨੇ ਆਪਣੀ ਟੀਮ ਦੇ ਲਈ ਆਜ਼ਾਦ ਕਬੱਡੀ ਕਲੱਬ ਫ੍ਰਿਜ ਨੂੰ ਕੈਨੇਡਾ ਦੀ ਟੀਮ ਦੇ ਲਈ ਜੋੜ ਦਿੱਤਾ। ਸੁਲਤਾਨ ਆ ਗਿਆ, ਕੱਠ ਵੱਡਾ, ਅੱਜ ਸਿਰੇ ਦੀ ਕਬੱਡੀ ਹੋ ਰਹੀ ਹੈ ਮੇਰੇ ਵੀਰੋ। ਸੁਲਤਾਨ ਜ਼ਿਲ੍ਹੇ ਪਟਿਆਲੇ ਦਾ ਗੱਭਰੂ, ਪ੍ਰੀਤ ਟਰੈਕਟਰ ਦਾ ਜੇਤੂ ਇਸ ਵੇਲੇ ਕਬੱਡੀ ਪਾ ਰਿਹਾ। ਇੱਕ ਕੰਨੀ ਤੇ ਬੰਦ ਜੋੜ ਵਾਲਾ, ਨਾਲ ਕਾਲੀਏ ਵਾਲਾ ਕਮਲ ਹੈ। ਨਾ ਦੋਦਰ ਦੀ ਧਰਤੀ ਦਾ ਵਰਿੰਦਰ ਸਿੰਘ ਇਸ ਵੇਲੇ ਕਰਦਾ ਹੋਇਆ ਕੋਸ਼ਿਸ਼, ਲੱਗਿਆ ਪਿਆ ਜ਼ੋਰ ਦੋਨੋਂ ਕਬੱਡੀ ਖਿਡਾਰੀਆਂ ਦਾ ਤੇ ਪੁਆਇੰਟ ਕਹਿੰਦੇ ਸੁਲਤਾਨ ਨੇ ਆਪਣੀ ਟੀਮ ਲਈ ਜੋੜ ਦਿੱਤਾ। ਹਜੇ ਤੱਕ ਜਫਾ ਨਹੀਂ ਲੱਗਿਆ। ਲੈ ਵੀ ਕੁਨਾਲ ਰਿਖੀ, ਕੁਨਾਲ ਬੇਨਤੀ ਆ, ਮੈਚ ਬਾਹਲਾ ਤਕੜਾ, ਪਲੀਜ਼ ਆ ਮੈਚ ਤੋਂ ਬਾਅਦ ਜਿੰਨਾ ਸਨਮਾਨ ਕਰਨਾ ਹੋਇਆ ਕਰ ਲਿਓ, ਪਰ ਆ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ। ਦੁਨੀਆ ਦੀ ਕਰੀਮ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪੁੱਜੀ ਹੋਈ ਹੈ। ਗਲੇਡੀਏਟਰ ਪੁੱਜਿਆ ਇੰਗਲੈਂਡ ਤੋਂ ਕੱਲ ਤੇ ਅੱਜ ਕਹਿੰਦੇ ਪੁੱਜ ਗਿਆ ਮਲੇਰਕੋਟਲੇ ਦਵਿੰਦਰ ਸਰਪੰਚ ਉਹਨਾਂ ਦੇ, ਰਾਜੇ ਹੁਣਾਂ ਦੇ, ਨੌਜਵਾਨ ਕਾਲੇ ਚੀਮੇ ਹੁਣਾਂ ਦੇ ਕਬੱਡੀ ਕੱਪ ਤੇ ਮੇਰੇ ਵੀਰੋ। ਰਵੀ ਆਹਲੋਵਾਲ ਢੇਰੀਆਂ ਦੀ ਧਰਤੀ ਦਾ ਇਸ ਵੇਲੇ ਅਗਲੀ ਰੇਡ ਪਾਉਂਦਾ ਹੋਇਆ। ਉਧਰ ਸਟੇਜ ਵੀ ਕਹਿੰਦੇ ਐਨ ਤਿਆਰ ਹੋ ਚੁੱਕੀ ਹੈ। ਗੈਰੀ ਸੰਧੂ ਗੱਲ ਕਰੂ, ਲਓ ਵੇਖਦਾ ਸੋਨਾ ਬਾਂਦਲ ਡੋੜ ਵਾਲਾ ਹੈ, ਪਰ ਨੌਜਵਾਨ ਰਵੀ ਆਹਲੋਵਾਲ ਢੇਰੀਆਂ ਦੀ। ਲਓ ਜੀਵਨ ਆ ਗਿਆ ਦਰਸ਼ਕ ਵੀਰੋ ਕਬੱਡੀ ਦਾ ਅਜੂਬਾ, ਲਓ ਮਾਣੂ ਕੇ ਵਾਲਾ ਜੀਵਨ ਕਬੱਡੀ ਦਾ ਅਜੂਬਾ ਇਸ ਵੇਲੇ। 500 ਦਵਿੰਦਰ ਸਰਪੰਚ ਵੱਲੋਂ ਆ ਕਬੱਡੀ ਤੇ, ਲਓ ਲੱਖਾਂ ਚੀਮਾ ਤੇ ਜੀਵਨ, ਜੀਵਨ ਦੇ ਲੱਖਾਂ ਚੀਮਾ, ਬੱਲੇ 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 ਜੀਵਨ। ਇਹ 500 ਰੁਪਇਆ ਦਵਿੰਦਰ ਸਰਪੰਚ, ਕਾਲਾ ਚੀਮਾ ਤੇ ਰਾਜੇ ਹੁਣਾਂ ਵੱਲੋਂ ਮੇਰੇ ਵੀਰੋ ਇਸ ਨੌਜਵਾਨ ਦੇ ਲਈ। ਉਹ 3 ਨੰਬਰ ਆਇਆ, ਸਵਾਲ ਆਇਆ, ਹੁਣ ਤਾਂ ਹੱਥ ਕਿਹੜੇ ਕਰਾ ਕੇ ਛੱਡਾ। ਕਹਿੰਦੇ ਜਫਾ ਲਾ ਦਿੱਤਾ ਮੇਰੇ ਵੀਰੋ, ਬਰਿੰਦਰ ਦੋਦਰ ਨੇ ਜਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ। ਅਗਲੀ ਰੇਡ ਅਮਰੀਤ ਪੱਤੋ ਹੀਰਾ ਸਿੰਘ ਦੀ ਧਰਤੀ ਦਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ। ਨੰਗਰ ਮੀਆਂ ਵਾਲਾ ਹੈ, ਰਿਸ਼ਪਾਲ ਹੈ, ਅਮਰਤ ਹੈ, ਲੱਖਾ ਚੀਮਾ, ਕੱਪ ਕਹਿੰਦੇ ਦਵਿੰਦਰ ਸਰਪੰਚ ਦਾ, ਬੱਲੇ ਬੱਲੇ ਹੋਏ ਪਈ ਸਦਰਪ੍ਰਿਆ ਸੁੱਖ ਹੈ, ਗੁਰਵਿੰਦਰ ਕੋਟਲੇ ਵਾਲਾ, ਲੱਭੀ ਨੰਗਲ, ਜਗਦੀਪ ਕੋਟਲਾ, ਸੁੱਖਾ ਧਾਲੀਵਾਲ, ਬਲਜਿੰਦਰਾ ਭਿੰਡਰ, ਅਮਰਜੀਤ ਦੋਦਰ, ਪਿੰਡਾ ਕੋਟਲਾ USA, ਨਾਜਰ ਸੋਤੇ ਹੋਣੀ, ਰਾਜੂ ਤੇ ਗੋਲਡੀ ਬੱਸੀਆਂ, ਬਹਾਦਰ ਸਿੰਘ ਦੋਦਰ, ਜਗਤਾਰ ਮਲਕੇ, ਸਿੱਧੂ ਸਿਆਟਲ ਤੇ ਜੰਗੀਆਣੇ ਵਾਲੇ ਜੀਤੇ ਦਾ, ਰਟੌਲਾ ਵਾਲਾ ਵੀਰ ਕਮਲ ਤੇ ਨਾਲ ਕਹਿੰਦੇ ਬਲਜਿੰਦਰ ਧੰਨੇ ਦੇ ਵੱਡੇ ਯੋਗਦਾਨ ਨੇ। ਲਓ ਦੀਪਾ ਸਾਈ ਵਾਲਾ ਮੇਰੇ ਵੀਰੋ ਕਬੱਡੀ ਪਾ ਰਿਹਾ। ਬਲਵੀਰ ਬਿੱਟੂ ਜੀ ਕੀ ਇਸ਼ਾਰਾ ਕਰਦੇ ਹੈ ਵੀ ਪੁਆਇੰਟ ਖਾਈ ਵਾਲੇ ਦੀਪੇ ਨੇ ਆਜ਼ਾਦ ਕਬੱਡੀ ਕਲੱਬ ਦੀ ਟੀਮ ਦੇ ਲਈ ਜ਼ੋਰ ਦਿੱਤਾ। ਸੁਲਤਾਨ ਅਗਲੀ ਰੇਡ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਧਿਆ। ਪਟਿਆਲੀ ਆ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਸੁਲਤਾਨ ਕਬੱਡੀ ਪਾ ਰਿਹਾ। ਇਹ ਹੈ ਜ਼ਿਲ੍ਹੇ ਪਟਿਆਲੇ ਦੇ ਸ਼ਮਸ਼ੁਪਰ ਪਿੰਡ ਦਾ, ਪਾਉਂਦਾ ਕਬੱਡੀ ਮਣਕ ਦੇ ਨਾਲ, ਚਾਰ ਜਾਫੀ ਤਿਆਰ ਨੇ। ਲਓ
ਅੰਦਰ ਦੌੜਨ ਵਾਲਾ ਸੋਨਾ ਏ ਬੱਲੇ ਬੱਲੇ ਓ ਬਾ ਓਏ ਨੌਜਵਾਨਾ ਪੁਆਇੰਟ 500 ਰੁਪਿਆ ਸੁਲਤਾਨ ਦੀ ਅਗਲੀ ਰੇਡ ਤੇ ਰਾਜਾ ਕੈਨੇਡਾ ਕਾਲਾ ਚੀਮਾ ਕੈਨੇਡਾ ਤੇ ਦਵਿੰਦਰ ਸਰਪੰਚ ਹੋਣਾ ਵੱਲੋਂ ਲੈ ਵੀ ਸੁਲਤਾਨ ਤੇਰੀ ਅਗਲੀ ਰੇਡ ਸਰਪੰਚਾਂ ਉਹਦੀ ਦੇ ਦੀ ਜਦੋਂ ਸੁਲਤਾਨ ਰੇਡ ਪਾਉਣ ਗਿਆ ਫਿਰ ਮੇਰੇ ਤੋਂ ਉਲਝ ਨਾ ਜਾਣ ਲਓ ਸਾਹਮਣੇ ਨੌਜਵਾਨ ਸੰਦੀਪ ਇਸ ਵੇਲੇ ਕਬੱਡੀ ਦੋਤੇ ਵਾਲਾ ਸੰਦੀਪ ਮੇਰੇ ਵੀ ਜੋ ਕਬੱਡੀ ਪਾ ਰਿਹਾ ਚਾਰ ਜਾਫੀ ਤਿਆਰ ਨੇ ਨੰਗਲੰਬੀਆਂ ਵਾਲੇ ਨੂੰ ਕਹਿੰਦੇ ਵੱਡਾ ਤਜਰਬਾ ਹੈ ਖੇਡ ਕਬੱਡੀ ਦਾ ਫੜਿਆ ਗੁੱਟ ਛੜਾਇਆ ਗੁੱਟ ਦੋਤੇ ਵਾਲਾ ਆ ਹੋ ਗਿਆ ਸੰਦੀਪ ਦੇ ਲਈ ਸੰਦੀਪ ਦੋਤੇ ਦੇ ਲਈ 500 ਰੁਪਿਆ ਰਾਜਾ ਕੈਨੇਡਾ ਮੇਰੇ ਵੀਰੋ ਪੁੱਛਦਾ ਕਰਦਾ ਹੈ ਸੰਦੀਪ ਦੋਤੇ ਵਾਲੇ ਦੇ ਲਈ ਲੈ ਵੀ ਬਲਦੇਵ ਰੋਂਤੇ ਵਾਲਿਆ ਫੜ ਪੈਸੇ ਉਧਰ ਸੁਖ ਵੀ ਘੱਲ ਕਲਾਂ ਵਾਲਾ ਪੁੱਜਾ ਹੋਇਆ ਕੋਚ ਹੈ ਇਸ ਟੀਮ ਦਾ ਪਰ ਵੇਖਣਾ ਖੇਡ ਮੈਦਾਨ ਦੇ ਵਿੱਚ ਨੌਜਵਾਨ ਰਵੀ ਆਲੋ ਵਾਲੀ ਆਓ ਸੋਨਾ ਬੰਦ ਡੋੜ ਦੀ ਧਰਤੀ ਦਾ ਮੇਰੇ ਵੀ ਅੰਦਰ ਡੋੜ ਵਾਲਾ ਇਹਨੂੰ ਵਾਂਦਰਾਂ ਵਾਲਾ ਸੋਨਾ ਕਹਿੰਦੇ ਆ ਕਰਨੈਲ ਸਿੰਘ ਜੀ ਵੀ ਲਾਈਵ ਜੁੜੇ ਹੋਏ ਆ ਲਾ ਅਗਲੀ ਰੇਡ ਬੈਰੋਕੇ ਵਾਲਾ ਕਾਲਾ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਇੱਕ ਪਾਸੇ ਫਰਾਲੇ ਵਾਲਾ ਬਿੰਦੂ ਹੈ ਦੂਸਰੇ ਪਾਸੇ ਕਹਿੰਦੇ ਬਿੱਟੂ ਹੈ ਜਸਪਾਲ ਵਾਲੇ ਦੀ ਰੇਡ ਤੇ 500 ਰੁਪਿਆ ਕਾਲੇ ਚੀਮੇ ਤੇ ਦਵਿੰਦਰ ਸਰਪੰਚ ਤੇ ਰਾਜੇ ਕੈਨੇਡਾ ਵੱਲੋਂ ਮੇਰੇ ਵੀਰੋ ਜੇ ਜਫਾ ਲੱਗ ਗਿਆ 500 ਹੋਣਾ ਰਿਸ਼ਪਾਲ ਤਲਵੰਡੀ ਸਲੇਮ ਵਾਲਾ ਤੇ ਕਾਲਾ ਬੈਰੋਕੇ ਵਾਲਾ ਮੇਰੇ ਵੀਰੋ ਡੱਕਿਆ ਗਿਆ ਤੇ 500 ਰੁਪਿਆ ਦਵਿੰਦਰ ਜੀ ਆਪਾਂ ਇਸ ਜਾਫੀ ਦੇ ਲਈ ਰਾਜਾ ਕੈਨੇਡਾ ਕਾਲਾ ਕੈਨੇਡਾ ਤੇ ਦਵਿੰਦਰ ਸਰਪੰਚ ਉਹਨਾਂ ਵੱਲੋਂ ਇਹ ਰਿਸ਼ਪਾਲ ਤਲਵੰਡੀ ਸਲੇਮ ਵਾਲੇ ਦੇ ਲਈ ਹੈ ਸ਼ਾਹਕੋਟ ਦੀ ਟੀਮ ਦੇ ਲਈ ਪੁਆਇੰਟ ਜੋੜਿਆ ਵੈਨਕੂਵਰ ਬੇਰੀਆ ਕੁਲਵੰਤ ਚੱਠਾ ਸੁਖੀ ਬੈਂਸ ਸ਼ੀਰਾ ਔਲਖ ਸੁੱਖਾ ਉਦੇਪੁਰੀਆ ਜੱਸੀ ਬੱਲੋ ਬਾਜਰਾ ਸੁਖਜੀਤ ਰੋੜਕਾ ਮੋੜਾ ਜੋਧਾ ਚਮਕੀਲਾ ਆਸਟ੍ਰੇਲੀਆ ਲਵਪ੍ਰੀਤ ਪੰਨੂ ਪਿੰਦੀ ਚੱਠਾ ਪੈਂਕਾ ਸੇਖੋ ਸੁਖੀ ਸੇਖੋ ਸੋਨਾ ਹੇਠੀਆ ਤੇ ਤ੍ਰਿਲੋਕ ਬਿੱਲਾ ਰਾਂਗੜਾ ਉਹਨਾਂ ਦੀ ਖੇਡ ਕਲੱਬ ਪੁਆਇੰਟ ਹਰੇਟਰ ਦਾ ਸਾਬੀ ਬਾਜਵਾ ਤੇ ਅਮਨ ਕੋਨਰ ਤੇ ਜੀਵਨ ਆ ਗਿਆ ਮੇਰੇ ਵੀਰੋ ਜੀਵਨ ਆ ਗਿਆ ਮਾਣੂ ਕੇ ਵਾਲਾ ਜੀਵਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਦਾ ਅਯੂਬ ਹੈ ਪਾਉਂਦਾ ਰੇਡ ਰਿਸ਼ਪਾਲ ਮੈਨੂੰ ਲੱਗਦਾ ਵੀ ਇਹ ਗੱਲ ਕਸੂਤੀ ਜਾਪਦੀ ਆ ਪਰ ਰਿਸ਼ਪਾਲ ਤੇ ਜੀਵਨ ਉਹ ਜੀਵਨ ਦੀ ਖੇਡ ਕਿਹਨੂੰ ਕਿਹਨੂੰ ਵਧੀਆ ਲੱਗੀ ਤਾੜੀਆਂ ਲਓ ਦੁਨੀਆ ਕਹਿੰਦੇ ਐਨ ਆਸ਼ਸ਼ ਕਰ ਰਹੀ ਹੈ ਆਸ਼ਸ਼ ਕਰ ਰਹੀ ਹੈ 500 ਰੁਪਿਆ ਦਵਿੰਦਰ ਸਰਪੰਚ ਵੱਲੋਂ ਮੇਰੇ ਵੀਰੋ ਜੀਵਨ ਦੇ ਲਈ ਆਇਆ ਦਵਿੰਦਰ ਸਰਪੰਚ ਕਾਲਾ ਚੀਮਾ ਤੇ ਨਾਲ ਰਾਜਾ ਕੈਨੇਡਾ ਮੇਰੇ ਵੀਰੋ ਅਮਨ ਲਓ ਵਰਿੰਦਰ ਦੋਧਰ ਦੀ ਧਰਤੀ ਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪਾਲੀ ਤੇ ਵਰਿੰਦਰ ਦੇ ਦਰਮਿਆਨ ਮੁਕਾਬਲਾ ਤੇ ਪਾਲੀ ਫਤਿਹਗੜ੍ਹ ਛੰਨਾ ਵਾਲਾ ਗੱਭਰੂ ਸ਼ਾਹਕੋਟ ਦੀ ਟੀਮ ਲਈ ਪੁਆਇੰਟ ਜੋੜਦਾ ਹੈ ਅਮਰੀ ਪੱਤੋ ਵਾਲਾ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਸਿਰੇ ਦਾ ਮੈਚ ਹੈ ਦੁਨੀਆ ਨੰਨ ਮਾਰ ਰਹੀ ਹੈ ਅਮਰੀ ਪੱਤੋ ਵਾਲੇ ਦੀ ਇਸ ਵੇਲੇ ਰੇਡ ਨੰਗਲੰਬੀਆਂ ਦਾ ਸੰਦੀਪ ਪੁਆਇੰਟ ਇਸ ਵੇਲੇ ਸੰਦੀਪ ਨੰਗਲੰਬੀਆਂ ਵਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਲਓ ਪਹਿਲੀ ਵਾਟਰ ਬ੍ਰੇਕ ਮੇਰੇ ਵੀਰੋ ਚੱਲਦੇ ਹੋਏ ਮੈਚ ਦੀ ਇਸ ਵੇਲੇ ਹੋ ਚੁੱਕੀ ਹੈ ਮਾਲਵਾ ਕਬੱਡੀ ਕਲੱਬ ਸਮਰਾਲਾ ਤੇ ਬਾਬਾ ਫੁੱਲੂ ਪੀਰ ਕਬੱਡੀ ਅਕੈਡਮੀ ਰੌਣੀ ਅਗਲੇ ਮੁਕਾਬਲੇ ਦੀਆਂ ਦੋਨੋਂ ਟੀਮਾਂ ਜਿਹੜੀਆਂ ਤਿਆਰ ਵਰ ਤਿਆਰ ਹੋ ਕੇ ਸੈਕਿੰਡ ਸੈਮੀ ਫਾਈਨਲ ਦੇ ਲਈ ਗਰਾਊਂਡ ਦੇ ਵਿੱਚ ਆਉਣਗੀਆਂ ਮਾਲਵਾ ਕਬੱਡੀ ਕਲੱਬ ਸਮਰਾਲਾ ਵਰਸਿਜ ਬਾਬਾ ਫੁੱਲੂ ਪੀਰ ਕਬੱਡੀ ਅਕੈਡਮੀ ਰੌਣੀ ਅੱਜ ਦੇ ਕਬੱਡੀ ਕੱਪ ਦੇ ਲਈ ਰਾਜਾ ਕੈਨੇਡਾ ਕਾਲਾ ਚੀਮਾ ਕੈਨੇਡਾ ਰਿੱਕੀ ਬਰਾੜ ਕੈਨੇਡਾ ਜਗਤਾਰ ਗਿੱਲ ਹਾਰਟੀ ਗਿੱਲ ਕੈਨੇਡਾ ਗੁਰਮੀਤ ਫੌਜੀ ਕੈਨੇਡਾ ਵਿੱਕੀ ਮਨੀਲਾ ਜੱਗਾ ਟੂਸੇ ਕੈਨੇਡਾ ਲੱਖਾ ਲਸੋਈ ਕੈਨੇਡਾ ਸ਼ਿੰਦਰਪਾਲ ਬਰਾੜ ਤੇ ਗੁਰਜੀਤ ਕੈਨੇਡਾ ਉਹਨਾਂ ਦੇ ਵੱਡੇ ਯੋਗਦਾਨ ਹੈਲੋ ਤਰਲੋਚਨ ਸਿੰਘ ਜੀ ਸਰਕਲ ਪ੍ਰਧਾਨ ਉਹਨਾਂ ਦਾ ਸਵਾਗਤ ਹੈ ਜੀ ਪਰ ਇੱਧਰ ਤਿੰਨ ਸਨਮਾਨ ਜੀ ਹਾਂਜੀ ਇਰਫਾਨ ਰਹੀੜਾ ਜੀ ਸਵਰਨ ਮੋਮਨਾਬਾਦ ਵਿੱਕੀ ਮਨੀਲਾ ਜੀ ਇਹ ਆਪਣੀਆਂ ਸਨਮਾਨ ਵਿੱਕੀ ਮਲੇਰ ਲਓ ਸਾਹਮਣੇ ਸੁਲਤਾਨ ਮੇਰੇ ਵੀਰੋ ਕਹਿੰਦੇ ਟੌਂਸੇ ਵਾਲਾ ਹਨੀ ਪੁੱਜ ਚੁੱਕਿਆ ਹੈ ਜਿਹਦੇ ਕਬੱਡੀ ਕੱਪ ਤੇ ਹਰ ਸਾਲ ਵੱਡੀਆਂ ਰੌਣਕਾਂ ਲੱਗਦੀਆਂ ਮੇਰੇ ਵੀਰੋ ਹਨੀ ਟੌਂਸੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸੁਲਤਾਨ ਤੇ ਹਰਦੇ ਵਾਹ ਬਈ ਵਾਹ ਪੁਆਇੰਟ ਸੁਲਤਾਨ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਲੈ ਵੀ ਹਨੀ ਵੀਰ ਜੀਆ ਨੂੰ ਆਖਿਆ ਜਾ ਰਿਹਾ ਤੈਨੂੰ ਤੇ ਤੇਰੇ ਸਾਰੇ ਸਾਥੀਆਂ ਨੂੰ ਟੌਂਸੇ ਦੀ ਧਰਤੀ ਤੇ ਹਰ ਸਾਲ ਵੱਡੀਆਂ ਰੌਣਕਾਂ ਮੇਰੇ ਵੀਰੋ ਲੱਗਦੀਆਂ ਵਿੱਕੀ ਬਰਨਾਲੇ ਹੋਣਾ ਦਾ ਕੌਰੀ ਦਿਆਲਪੁਰੇ ਦਾ ਸੱਤੀ ਭਾਈ ਰੁਪਏ ਦਾ ਗਿਆਨੀ ਸੰਘੇੜੇ ਹੋਣਾ ਦੇ ਸਾਰੇ ਸਾਥੀਆਂ ਦਾ
ਇੱਥੇ ਪੁੱਜਣ ਦੇ ਸਵਾਗਤ ਹੈ ਮੇਰੇ ਵੀਰੋ। ਲਓ ਵੇਖਦਾ ਇਸ ਵੇਲੇ ਦੀਪਾ, ਇਹ ਹੈ ਖਾਈ ਵਾਲਾ ਕਿ ਪੱਤੋ ਕੋਲੇ ਖਾਈ ਸੁਣੀ ਦੀ, ਖਾਈ ਕੋਲੇ ਦੀਨਾ ਤੈ ਮਨ ਮੋਲਿਆ ਹੋਏ, ਕੌਡੀ ਦੇ ਸ਼ਕੀਨਾ। ਸ਼ਕੀਨ ਪੁੱਜਿਆ ਕਬੱਡੀ ਦੇ ਮੇਰੇ ਵੀਰੋ। ਜੱਸੀ ਜੱਸਾ ਜਗੇੜਾ ਵੀ ਪੁੱਜਿਆ ਸਾਡਾ ਵੀਰ, ਉਸ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਲਓ ਰਵੀ ਅੱਲ ਵਾਲ ਢੇਰੀਆਂ ਵਾਲਾ ਪੜ੍ਹ ਲੈ ਕੇ ਵਾਪਸ ਜਾਂਦਾ ਹੋਇਆ, ਤੇ ਦੋਦੇ ਵਾਲਾ ਸੰਦੀਪ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਪਾਉਂਦਾ ਹੋਇਆ। ਲਓ ਸੰਦੀਪ ਦੋਦੇ ਵਾਲਾ ਮੇਰੇ ਵੀਰੋ, ਤੇ ਖੇਡ ਇਹਦੀ ਦਾ ਜੱਗ ਤੇ ਕਰੇਜ ਮੁੰਡਾ ਬੜਾ ਹੈ ਤੇਜ, ਪੈਰਾਂ ਥੱਲੇ ਕਹਿੰਦੇ ਇਹਦੇ ਅੱਗ ਮੱਚਦੀ, ਦੋਦੇ ਵਾਲੇ ਦੀ ਕਬੱਡੀ ਲੋਕਾਂ ਦੇ ਦਿਲ ਨੂੰ ਹੈ ਜੱਚਦੀ, ਜੱਚਦੀ ਹੈ ਲੋਕਾਂ ਦੇ ਦਿਲ ਨੂੰ ਕਬੱਡੀ। ਨੰਗਲੰਬੀਆਂ ਵਾਲੇ ਦਾ ਨਾਮ ਵੱਡਾ ਹੈ ਕਬੱਡੀ ਦੇ ਵਿੱਚ, ਦਿਸ਼ਾ ਚੱਕਾ ਵਾਲਾ ਵੀ ਖੇਡਦਾ ਲੱਗ ਗਿਆ ਮੇਰੇ ਵੀਰੋ। ਰਾਜੇ ਕੈਨੇਡੇ ਵੱਲੋਂ 500 ਰੁਪਇਆ, ਰਾਜਾ ਕੈਨੇਡਾ ਸਾਡਾ ਵੀਰ ਇਸ ਖਿਡਾਰੀ ਦੇ ਲਈ ਪੁੱਜਦਾ ਕਰਦਾ ਹੈ, ਦੋਦੇ ਵਾਲੇ ਸੰਦੀਪ ਦੇ ਲਈ। ਕੁਨਾਲ ਰੇਖੀ ਜੀ ਦੱਸ ਰਹੇ ਨੇ ਕਿ ਹਨੀ ਟੌਂਸਾ ਜੀ ਨਾਲ ਬਨੀਤ ਕੁਸ਼ਨ ਜੀ ਉਹ ਵੀ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ, ਬਾਈ ਮਨੀ ਟੌਂਸਾ ਜੀ ਔਰ ਹਨੀ ਟੌਂਸਾ ਜੀ, ਵਿੱਕੀ ਟੌਂਸਾ ਜੀ, ਬਿੱਟੂ ਚੌਧਰੀ ਜੀ ਉਹ ਵੀ ਸਾਡੇ ਦਰਮਿਆਨ ਇਸੇ ਕੱਪ ਦੇ ਉੱਤੇ ਪਹੁੰਚ ਚੁੱਕੇ ਨੇ, ਉਹਨਾਂ ਦਾ ਵੀ ਸਵਾਗਤ ਹੈ ਜੀ। ਹਾਂਜੀ ਲੋਪੋ ਸਾਹਿਬ, ਲਓ ਕਮਲ ਕਾਲੀਏ ਵਾਲਾ ਤੇ ਸੁੱਚਾ ਧਰਮੀ ਵਾਲੀਆ ਮੁਕਾਬਲਾ ਸਖਤ ਹੈ ਮੇਰੇ ਵੀਰੋ, ਲਓ ਪੱਲੇ ਪੱਲੇ ਹੋਈ ਪਈ ਹੈ। ਹਨੀ ਟੌਂਸਾ ਵੀ ਕਹਿੰਦੇ ਸਾਡਾ ਵੀਰ ਦਵਿੰਦਰ ਸਰਪੰਚ ਦਾ ਯਾਰ, ਵਿਸ਼ੇਸ਼ ਤੌਰ ਤੇ ਆਪਣੇ ਸਾਥੀਆਂ ਦੇ ਨਾਲ ਪੁੱਜ ਚੁੱਕਿਆ। ਟੌਂਸੇ ਦੇ ਵਿੱਚ ਮੇਲਾ ਆਉਂਦਾ ਤੇ ਦਵਿੰਦਰ ਸਰਪੰਚ ਦੇ ਵੱਡੇ ਯੋਗਦਾਨ ਹੁੰਦੇ ਆ। ਰਾਜੇ ਹੁਣੀ ਕਾਲੇ ਹੁਣੀ ਗਰਾਊਂਡ ਦੇ ਵਿੱਚ ਹੈ, ਨੋਟਾਂ ਦੀ ਵਰਖਾ ਹੋ ਰਹੀ ਹੈ, ਸਿਰੇ ਦਾ ਮੈਚ ਇਤਿਹਾਸਿਕ ਮੈਚ ਖੇਡਿਆ ਜਾ ਰਿਹਾ। ਲਓ ਪੈਰੋ ਕੇ ਵਾਲੇ ਕਾਲੇ ਦੀ ਕਬੱਡੀ ਤੇ ਨੰਗਲ ਅੰਬੀਆਂ, ਨੰਗਲ ਅੰਬੀਆਂ ਵਾਲਾ ਸੰਦੀਪ। ਲਓ ਸ਼ਾਹ ਕੋਟੀਆਂ ਮੇਰੇ ਵੀਰੋ ਇਸ ਵੇਲੇ ਕਰਦਾ ਕੋਸ਼ਿਸ਼ ਗਲੇਡੀਏਟਰ, ਆਓ ਕਾਲਾ ਉਖੜੇ ਪੈਰ ਹੈ ਤੇ ਪੁਆਇੰਟ ਮੇਰੇ ਵੀਰੋ। ਆਜ਼ਾਦ ਕਬੱਡੀ ਕਲੱਬ ਫਰਿਜਨੋ ਕੈਨੇਡਾ ਦੀ ਟੀਮ ਦੇ ਹਿੱਸੇ ਜਾ ਜੁੜਿਆ, ਇੱਕ ਪਾਸੇ ਆਜ਼ਾਦ ਕਬੱਡੀ ਕਲੱਬ ਫਰਿਜਨੋ ਕੈਨੇਡਾ ਹੈ ਤੇ ਦੂਸਰੇ ਪਾਸੇ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਲਾਈਨ ਦੀ ਟੀਮ ਮੇਰੇ ਵੀਰੋ। ਇਸ ਵੇਲੇ ਤਗੜਾ ਮੈਚ ਮਲੇਰਕੋਟਲੇ ਦੇ ਕਬੱਡੀ ਕੱਪ ਦਾ, ਐਨ 3:35 ਦੇ ਪਹਿਲਾ ਸੈਮੀਫਾਈਨਲ ਮੈਚ ਮੇਰੇ ਵੀਰੋ ਖੇਡਿਆ ਜਾ ਰਿਹਾ। ਪਾਲੀ ਫਤਿਹਗੜ੍ਹ ਛੰਨਾ ਵਾਲਾ ਕੌਡੀ ਪਾ ਰਿਹਾ, ਕਮਨ ਕਾਲੀਏ ਵਾਲਾ ਕਰਦਾ ਕੋਸ਼ਿਸ਼, ਮੁਕਾਬਲਾ ਸਖਤ ਹੈ, ਲੱਗਿਆ ਪਿਆ ਜ਼ੋਰ ਹੈ, ਬੱਲੇ ਬੱਲੇ ਹੋ ਕੇ ਨਹੀਂ, ਕਬੱਡੀ 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 ਕਬੱਡੀ, ਵਾਹ ਹੋਏ ਨੌਜਵਾਨ। ਲਓ ਪੁਆਇੰਟ ਕੀ ਦਾ ਜੀ, ਪੁਆਇੰਟ ਰੇਡਰ ਦਾ, ਰੇਡਰ ਦੇ ਹਿੱਸੇ ਜੁੜਦਾ ਹੈ। ਜੀਵਨ ਆ ਗਿਆ ਮੇਰੇ ਵੀਰੋ, ਇਹਦੀ ਆਵਾਜ਼ ਹੂਟਰ ਦੀ ਵਧਾ ਦਿਓ, ਹੂਟਰ ਦੀ ਆਵਾਜ਼, ਹੂਟਰ ਦੀ ਆਵਾਜ਼ ਵਧਾ ਦਿਓ ਜੀ। ਜੀਵਨ ਮਾਣੋ ਕੇ ਗਿੱਲ ਵਾਲਾ ਤੇ ਅੰਮ੍ਰਿਤ ਨੌਜਵਾਨ, ਮੇਰੇ ਵੀਰੋ 500 ਦਵਿੰਦਰ ਸਰਪੰਚ ਹੈ ਤੇ 500 ਸਰਦਾਰ ਸੁਰਜਣ ਸਿੰਘ ਜੀ ਚੱਠਾ ਸਾਹਿਬ, ਤੇ ਕਾਲਾ ਮਿੱਠੇ ਵਾਲੀਆ ਵੀ ਮਾਣ ਕਰਦਾ ਜੀਵਨ ਦੇ, ਲੈ ਵੀ ਬਲਦੇਵ ਰੌਂਤੇ ਵਾਲਿਆ ਫੜ ਮਾਇਆ ਦੇ ਗੁੱਫੇ, ਉਧਰ ਕਹਿੰਦੇ ਸੰਦੀਪ ਹੈ ਬੱਸੀਆਂ ਵਾਲਾ, ਸੰਦੀਪ ਤੇ ਪੁਆਇੰਟ ਸੁਲਤਾਨ ਦਾ। ਸੁਖ ਜੀ ਘੱਲ ਕਲਾਂ ਵਾਲੇ ਕੋਚ ਨੇ ਇਸ ਟੀਮ ਦੇ ਪੁੱਜੇ ਹੋਏ ਆ, ਉਹਨਾਂ ਦਾ ਵੀ ਵਾਧੋ ਧੰਨਵਾਦ, ਜਥੇਦਾਰ ਹਾਕਮ ਸਿੰਘ ਟੋਨਾ ਬਾਰੇ ਵਾਲੀ ਆ, ਲਓ ਉਹਨਾਂ ਦੀ ਖੇਡ ਕਲੱਬ ਅਮਰੀ ਇਸ ਵੇਲੇ ਪੱਤੋ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ, ਚਾਰ ਜਾਫੀ ਤਿਆਰ ਨੇ, ਲਓ ਲੱਖਾਂ ਚੀਮਿਆਂ ਵਾਲਾ ਕੋਸ਼ਿਸ਼ ਕਰ ਰਿਹਾ ਤੇ ਅਮਰੀ ਪੱਤੋ ਵਾਲੇ ਨੌਜਵਾਨ ਨੇ ਪੁਆਇੰਟ ਆਜ਼ਾਦ ਕਬੱਡੀ ਕਲੱਬ ਫਰਿਜਨੋ ਕੈਨੇਡਾ ਦੀ ਟੀਮ ਦੇ ਲਈ ਕਹਿੰਦੇ ਜ਼ੋਰ ਦਿੱਤਾ। ਅਗਲੀ ਰੇਡ ਰਵੀ ਦੀ, ਰਵੀ ਆਲੋਵਾਲ ਢੇਰੀਆਂ ਵਾਲਾ ਮੇਰੇ ਵੀਰੋ ਕਬੱਡੀ ਭਾਰ ਹੈ। ਉਧਰ ਨਾਜਰ ਸੋਤਾ ਜੀ ਫਰਿਜਨੋ ਤੋਂ ਵੱਡੇ ਯੋਗਦਾਨ ਨੇ ਕਹਿੰਦੇ ਉਹਨਾਂ ਦੇ ਇਸ ਖੇਡ ਕਲੱਬ ਦੇ ਲਈ, ਪਿੰਡਾ ਕੋਟਲੇ ਵਾਲਾ। ਇਧਰ ਬਾਈ ਹਨੀ ਟੌਂਸਾ ਜੀ ਨਾਲ ਬਨੀਤ ਕੁਸ਼ਨ ਜੀ ਔਰ ਸਨੀ ਟੌਂਸਾ ਜੀ, ਮਨੀ ਟੌਂਸਾ ਜੀ, ਸਾਰੇ ਵੀਰ ਜਿਹੜੇ ਸਟੇਜ ਤੇ ਆ ਚੁੱਕੇ ਨੇ ਉਹਨਾਂ ਦੇ ਸਵਾਗਤ ਲਈ, ਕੁਨਾਲ ਰਿਖੀ ਜੀ ਔਰ ਸਾਡੇ ਕਾਲਾ ਮਿੱਠੇਵਾਲ ਜੀ ਜਿਹੜੇ ਉਹਨਾਂ ਦੇ ਸਵਾਗਤ ਲਈ ਜਾ ਰਹੇ ਨੇ, ਬਾਈ ਹਨੀ ਟੌਂਸਾ ਜੀ ਉਹ ਵੀ ਮੰਚ ਤੇ ਵਿਰਾਜਮਾਨ ਹੋ ਚੁੱਕੇ ਨੇ, ਬਹੁਤ ਬਹੁਤ ਸਵਾਗਤ ਹੈ ਬਾਈ ਹਨੀ ਟੌਂਸਾ ਜੀ ਦਾ। ਹਾਂਜੀ ਸਰ, ਅਗਲੀ ਗੱਲ ਗਰਾਊਂਡ ਚੋਂ। ਲਓ ਦੀਪਾ ਨੌਜਵਾਨ ਖਾਈ ਦੀ ਧਰਤੀ ਦਾ ਨੰਗਲ ਨਾਲ ਮੁਕਾਬਲਾ ਮੇਰੇ ਵੀਰੋ, ਵਾਹ ਦੀਪਿਆ ਖਾਈ ਵਾਲਾ ਦੀਪਾ ਨੱਚਦਾ ਟੱਪਦਾ ਆਉਂਦਾ ਹੈ, ਮੀਤ ਦਾ ਵੀਰ ਮੇਰੇ ਵੀਰੋ, ਐਨ ਵੱਡਾ ਇਕੱਠ ਹੈ ਮੇਰੇ ਵੀਰੋ, ਵਿੱਚ ਮਲੇਰ ਕੋਟਲੇ ਦੇ ਵੱਡਾ ਇਕੱਠ ਹੋ ਗਿਆ ਤੇ ਮੇਲਾ ਦਵਿੰਦਰ ਸਰਪੰਚ ਵਾਲਾ ਪੂਰਾ ਅੱਤ ਹੋ ਗਿਆ, ਤੇ ਮੇਲਾ ਦਵਿੰਦਰ ਸਰਪੰਚ ਵਾਲਾ ਪੂਰਾ ਅੱਤ ਹੋ ਗਿਆ, ਅੱਤ ਦਾ ਮੇਲਾ ਪਸੀਆ ਵਾਲਾ ਕਹਿੰਦੇ ਸੰਦੀਪ ਤੇ ਪਾਲੀ ਦੇ ਦਰਮਿਆਨ ਟੱਕਰ ਪਈ।
ਲਈ ਹੋਈ ਹੈ ਤੇ ਪਾਲੀ ਕਹਿੰਦੇ ਸ਼ਾਹਕੋਟ ਦੀ ਟੀਮ ਦੇ ਲਈ ਗੁਰਮੇਲ ਸਿੰਘ ਜੀ ਮੇਲੋ ਪੋਨੀਆ ਰੇਡਮਾ ਵਾਲੇ ਖੇਡ ਮੈਦਾਨ ਦੇ ਵਿੱਚ ਹੈ। ਇੱਧਰ ਦੋਤੇ ਵਾਲੇ ਸੰਦੀਪ ਦੀ ਕਬੱਡੀ ਪੈ ਰਹੀ ਹੈ, ਹੁਣ ਵੇਖਣਾ ਵੀ ਇੰਦਰਪਾਲ ਬਾਜਵਿਆਂ ਵਾਲੇ ਦਾ ਕਿਹੜਾ ਜਾਫੀ ਲੈ ਕੇ ਜਫਾ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰੇਗਾ। ਪਈ ਹੋਈ ਰੇਡ ਸੰਦੀਪ ਦੋਤੇ ਵਾਲੇ ਦੀ, ਇੱਕ ਕੰਨੀ ਤੇ ਲੱਖਾ ਚੀਮਿਆਂ ਵਾਲਾ, ਆਓ ਦੇਖੋ ਸੰਦੀਪ ਦੋਤੇ ਵਾਲਾ ਆਜ਼ਾਦ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਪਾਉਣ ਦਾ ਵਾਅਦਾ ਕਰਦਾ ਹੋਇਆ ਸੁਲਤਾਨ ਦੀ ਰੇਡ ਤੇ ਜਲਾਲ ਪਿਲਾ। ਸੁਲਤਾਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ, ਨੀਟੂ ਰਸੂਲਪੁਰ ਦਾ, ਗੱਗੇ ਚੱਕਰ ਦਾ ਬੀਨਾ ਪੁੱਟਰ, ਟੈਮ ਸੀ ਮੋਗਾ, ਰਾਜੂ ਸੱਚਖੰਡ, ਜੱਸਾ ਮੋਗਾ, ਜੱਗਾ ਮੋਗਾ, ਸੁੱਖਾ ਝਤਰੇ, ਰਾਜਵਿੰਦਰ ਝਤਰੇ, ਬਾਬਾ ਟੱਲਾ ਤੇ ਸੁੱਖ ਘੱਲ ਗਲਾ ਉਹਨਾਂ ਦਾ ਵਿਸ਼ੇਸ਼ ਤੌਰ ਤੇ। ਸਾਡਾ ਵੀਰ ਦਵਿੰਦਰ ਸਰਪੰਚ ਕਹਿੰਦਾ ਵੀ ਮਿਹਨਤੀ ਹੈ ਸਤਕਾਰ ਸਾਹਿਬ, ਤੁਸੀਂ ਆਏ ਹੋ, ਧੰਨਵਾਦ ਹੈ, ਜਾਲ ਨੂੰ ਧੱਕਾ ਨਾ ਮਾਰੋ, ਜਿੱਥੇ ਜਗ੍ਹਾ ਮਿਲਦੀ ਹੈ ਬੈਠ ਜਾਓ। ਦਵਿੰਦਰ ਸਰਪੰਚ ਵੱਲੋਂ ਸਤਕਾਰ ਸਾਹਿਤ ਬੇਨਤੀ ਹੈ, ਅਸੀਂ ਆਪਣੇ ਵੱਲੋਂ ਵੀ ਬੇਨਤੀ ਕਰਦੇ ਹਾਂ। ਲਓ ਬੈਰੋ ਕਿਹਦਾ ਕਾਰੋ, ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਅਗਲੀ ਰੇਡ ਰਵੀ ਆਲੋਵਾਲ ਢੇਰੀਆਂ ਵਾਲਾ ਮੇਰੇ ਵੀਰੋ ਪਾਉਣ ਦੇ ਲਈ ਵਾਢਾ ਹੋਇਆ। ਬੰਨ ਡੋਰ ਦਾ ਸੋਨਾ ਹੈ, ਫੱਕਰ ਝੰਡੇ ਦਾ ਹਰਦੇਵ ਹੈ, ਵਿਚਕਾਰ ਕਹਿੰਦੇ ਦੋਨੋਂ ਵੀਰ ਹੈ ਕਮਲ ਤੇ ਕਲਵੀਰ, ਜਿਹਨਾਂ ਦਾ ਕਾਲੀਆ ਪਿੰਡ ਹੈ। ਲਓ ਸਾਹਮਣੇ ਪਈ ਹੋਈ ਰੇਡ ਚੌ ਜਾਫੀਆਂ ਦੇ ਵਿੱਚੋਂ ਦੇਖਣਾ ਹੈ ਵੀ ਇਸ ਵੇਲੇ ਕਲਵੀਰ ਤੇ ਬਿੰਦੂ ਫਰਾਰੇ ਵਾਲਾ ਐਨ ਠੋਕ ਵਜਾ ਕੇ ਫੈਸਲਾ ਕਰਦਾ ਹੈ ਵੀ ਪੁਆਇੰਟ ਰੇਡਰ ਦਾ। ਹਾਲ ਸਮਾਂ ਇਸ ਮੈਚ ਦਾ ਹੋ ਚੁੱਕਿਆ। ਲਓ ਬੜਾ ਤਕੜਾ ਮੈਚ ਮੇਰੇ ਵੀਰੋ, ਅਮਨ ਕੀ ਸਕੋਰ ਨੇ? ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੇ ਪੁਆਇੰਟ ਨੇ 17.5, ਆਜ਼ਾਦ ਕਬੱਡੀ ਕਲੱਬ ਫਰੀਨੋ ਕੈਨੇਡਾ ਦੇ ਪੁਆਇੰਟ ਨੇ 18। ਦਰਸ਼ਕ ਵੀਰੋ ਅੱਧੇ ਪੁਆਇੰਟ ਦਾ ਫਰਕ ਹੈ, 17.5 ਤੇ 18 ਦਾ ਅੰਕੜਾ, 17.5 ਤੇ 18 ਮੇਰੇ ਵੀਰੋ, ਐਨ ਚੋਟੀ ਦਾ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਅਗਲੇ ਮੈਚ ਦੀਆਂ ਟੀਮਾਂ ਮਾਲਵਾ ਕਬੱਡੀ ਕਲੱਬ ਸਮਰਾਲਾ ਵਰਸਿਜ ਬਾਬਾ ਫੁੱਲੂ ਪੀਰ ਕਬੱਡੀ ਅਕੈਡਮੀ ਰੌਣੀ, ਸੈਕਿੰਡ ਸੈਮੀ ਫਾਈਨਲ ਦੇ ਲਈ ਗਰਾਊਂਡ ਦੇ ਵਿੱਚ ਆ ਜਾਣ, ਬੜੀ ਮਿਹਰਬਾਨੀ ਹੋਵੇਗੀ। ਬਾਬਾ ਫੁੱਲੂ ਪੀਰ ਕਬੱਡੀ ਅਕੈਡਮੀ ਰੌਣੀ ਤੇ ਮਾਲਵਾ ਕਬੱਡੀ ਕਲੱਬ ਸਮਰਾਲਾ। ਲਓ ਸਾਰੇ ਵੀਰਾਂ ਦਾ ਫਿਰ ਤੋਂ ਧੰਨਵਾਦ ਹੈ, ਰਾਜਾ ਕੈਨੇਡਾ ਵਾਲਾ ਪੁੱਜਿਆ ਹੋਇਆ, ਫਿਰ ਤਾਂ ਤੁਸੀਂ ਗਰਾਊਂਡ 'ਚ ਆ ਜਾਓਗੇ, ਤੁਹਾਡੇ ਲਈ ਲਾਇਆ ਕਾਲਾ ਚੀਰਮਾ ਕੈਨੇਡਾ ਸਰਪ੍ਰਸਤ। ਇਹ ਤੁਹਾਡਾ ਹੀ ਮੇਲਾ ਬਾਈ, ਤੁਹਾਡਾ ਹੀ ਟੂਰਨਾਮੈਂਟ ਆ, ਜੇ ਖਰਾਬ ਕਰ ਲਓਗੇ ਤਾਂ ਵੀ ਤੁਹਾਡਾ, ਜੇ ਵਧੀਆ ਇਹਨੂੰ ਬੰਨ ਦਿਓ ਜੀ, ਉਹ ਪਿਆ ਮੇਰਾ ਖਲ ਰੱਸੀ ਪਈ ਆ, ਬੰਨ ਦਿਓ ਉਹ ਜਾਲ ਵਾਲਾ, ਮੇਰੀ ਮਿਹਨਤ ਕਰਕੇ ਗਿਆ ਕਹਿੰਦਾ ਬਾਹਲੇ ਲਲਕਾਰੇ ਜੇ ਨਾ ਮਰਾਓ, ਜਾਲ ਦੇ ਕੋਲੇ ਆ ਗਏ। ਹੁਣ ਕੀ ਕਰੀਏ, ਮਲੇਰਕੋਟਲੇ ਦਾ ਕਾਤਾ ਸੰਗਤ ਵੀ ਖੁਸ਼ ਕਰਨੀ ਹੈ। ਲਓ ਹਾਂ ਬਾਈ, ਲਓ ਜੀਵਨ ਆ ਗਿਆ ਮੇਰੇ ਵੀਰੋ, ਮਾਣੂਕੇ ਵਾਲਾ ਫਿਰ ਆ ਗਿਆ, ਕੈਨੇਡਾ ਵਾਲਾ ਗੁਰਮੇਲ ਸਿੰਘ ਜੀ ਫੜੋ ਮਾਇਆ ਦੇ ਗੱਫੇ, ਲੱਖੇ ਦੇ ਹੈ, ਲੱਖੇ ਚੀਮਿਆਂ ਵਾਲੇ ਦੇ। ਲਓ ਪਾਲੀ ਛੰਨਾ ਵਾਲਾ ਅਗਲੀ ਰੇਡ ਪਾ ਰਿਹਾ, ਉਧਰ ਬਾਜਵਿਆਂ ਵਾਲੇ ਦਾ ਕਹਿੰਦੇ ਪੂਰਾ ਜ਼ੋਰ ਲੱਗਿਆ ਪਿਆ, ਇੱਧਰ ਮੈਚ ਸਿਰੇ ਦਾ ਹੈ, ਸਾਹਮਣੇ ਪਾਲੀ ਛੰਨਾ ਵਾਲੇ ਨੇ ਕਬੱਡੀ ਪਾ ਦਿੱਤੀ ਹੈ। ਹੁਣ ਚਾਰ ਜਾਫੀ ਯਾਦ ਕਬੱਡੀ ਕਲੱਬ ਦੀ ਟੀਮ ਦੇ ਤਿਆਰ ਨੇ, ਕੁਲਦੀਪ ਆਨੰਦ ਮਾਰ ਰਿਹਾ ਚੂੜ ਚੱਕੀ ਹੈ, ਫੱਕਰ ਝੰਡੇ ਵਾਲੇ ਨੇ ਜਫਾ ਲਾ ਦਿੱਤਾ ਹੈ ਮੇਰੇ ਵੀਰੋ, ਜਫਾ ਲਾ ਦਿੱਤਾ ਹੈ। ਬੁਰਜਵਾਲਾ ਗੁਰਪ੍ਰੀਤ ਵੀ ਕੈਨੇਡਾ ਦੀ ਧਰਤੀ ਤੋਂ ਪੁੱਜਿਆ ਹੋਇਆ ਹੈ ਮੇਰੇ ਵੀਰੋ, ਆਉਣ ਵਾਲੇ ਦਿਨਾਂ ਦੇ ਵਿੱਚ ਗੱਲਾਂ ਹੋਣਗੀਆਂ। ਲਓ ਸਾਹਮਣੇ ਇਸ ਵੇਲੇ ਅਮਰੀ ਪੱਤੋ ਵਾਲਾ ਰੇਡ ਪਾਉਣ ਦੇ ਲਈ ਵਧਿਆ ਹੋਇਆ। ਲਓ ਪੱਤੋ ਹੀਰਾ ਸਿੰਘ ਦੀ ਧਰਤੀ ਮੇਰੇ ਵੀਰੋ, ਇਹ ਹੈ ਅਮਰੀ ਪਾਉਂਦਾ ਰੇਡ, ਰਿਸ਼ਪਾਲ ਦੇ ਨਾਲ ਮੁਕਾਬਲਾ ਤੇ ਪੁਆਇੰਟ ਜਿਹੜਾ ਹੈ ਆਜ਼ਾਦ ਕਬੱਡੀ ਕਲੱਬ ਫਰੀਜਨੋ ਕੈਨੇਡਾ ਦੀ ਟੀਮ ਦੇ ਹਿੱਸੇ ਜਾ ਜੁੜਿਆ। ਲਓ ਸੁਲਤਾਨ, ਸੁਲਤਾਨ ਕਹਿੰਦਾ ਵੀ ਥੋੜਾ ਸੈਂਟਰ ਦੇ ਵਿੱਚ ਆ ਜਾਓ ਨੌਜਵਾਨੋ, ਪਰ ਵੇਖੀਏ ਜਾਫੀ ਬੜੇ ਕਮਾਲ ਦੇ ਹੈ, ਵਰਿੰਦਰ ਤਿਆਰ ਹੈ, ਹਰਦੇਵ ਤਿਆਰ ਹੈ, ਕਾਲੀਏ ਵਾਲਾ ਕਮਨ ਤਿਆਰ ਹੈ ਤੇ ਬਾਂਦਰ ਡੋੜ ਵਾਲਾ ਸੋਨਾ ਮੇਰੇ ਪੰਜਾਬੀ ਵੀਰੋ ਇਸ ਵੇਲੇ ਬਿਲਕੁਲ ਤਿਆਰ ਵਰ ਤਿਆਰ। ਚਾਰਾਂ ਜਾਫੀਆਂ ਦੀ ਘੁੰਮਦੀ ਹੋਈ ਚੇਨ ਸ਼ਾਹਕੋਟ ਦੀ ਟੀਮ ਵੱਲੋਂ ਸੁਲਤਾਨ ਕਬੱਡੀ ਪਾ ਰਿਹਾ, ਇਹ ਆਹੋ ਸੁਲਤਾਨ ਨਹੀਂ ਰਿਸ਼ਾ ਨੌਜਵਾਨ ਜਿਹੜੇ ਵੀਰ ਖੜੇ ਆ ਕਿਰਪਾ ਕਰਕੇ ਬੈਠ ਜਾਓ, ਜਿਹੜੇ ਵੀਰ ਖੜੇ ਆ ਕਿਉਂਕਿ ਹੁਣ ਮੇਲਾ ਇਕੱਠ ਬਹੁਤ ਭਾਰੀ ਹੈ। ਸਾਰੇ ਦਰਸ਼ਕ ਰਾਜੂ ਰਾਮਗੜ ਸਰਦਾਰਾ
ਸਤਨਾਮ ਖਿੰਦੋਣੀ ਰਾਮਗੜ੍ਹ ਸਰਦਾਰਾ ਬੈਂਤ ਹੋਣੀ ਪੁੱਜੇ ਹੋਏ ਆ ਸਾਰੇ ਜਿਹੜੇ ਖੜੇ ਆ ਬੈਠ ਜਾਓ ਡਿਸਿਪਲਿਨ ਦੇ ਨਾਲ ਕਬੱਡੀ ਦੇਖੋ ਲਓ ਦੀਸ਼ਾ ਨੌਜਨ ਚੱਕਾ ਵਾਲਾ ਆਲੂਆ ਢੇਰੀਆਂ ਵਾਲਾ ਸਾਹਮਣੇ ਵੇਖ ਲੈ ਵੀ ਪਗੜਾਂ ਭਰੀਆਂ ਗਈਆਂ ਜ਼ੋਰ ਲੱਗਿਆ ਪਿਆ ਮੁਕਾਬਲਾ ਸਖਤ ਹੈ ਆਹ ਦੇਖੋ ਸਾਹਮਣੇ ਲਾਈਨ ਦੇ ਨਾਲ ਚੱਲਦਾ ਹੋਇਆ ਮੁਕਾਬਲਾ ਤੇ ਚੱਕਾ ਵਾਲੇ ਦੀਸ਼ੇ ਦੇ ਲਈ 500 ਦਵਿੰਦਰ ਸਰਪੰਚ ਵੱਲੋਂ ਮੇਰੇ ਵੀਰੋ ਦਵਿੰਦਰ ਸਰਪੰਚ ਵੱਲੋਂ ਕਹਿੰਦੇ 500 ਹੈ ਚੱਕਾ ਵਾਲੇ ਦੀਸ਼ੇ ਦੇ ਲਈ ਰਵੀ ਆਲੋ ਵਾਲੀ ਅਗਲੀ ਰੇਡ ਤੇ ਜਲਾਲ ਪਿੰਡ ਵਾਲਾ ਲਓ ਰਵੀ ਮੇਰੇ ਵੀਰੇ ਉਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਆਓ ਕਮਨ ਕਾਲੀਏ ਵਾਲਾ ਉੱਧਰ ਮੇਰੇ ਵੀਰੋ ਜੱਫੇ ਤੇ ਜੱਫਾ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫੇ ਤੇ ਮੁੱਕਣੀਆਂ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁੱਕਣੀ ਹੈ ਲਓ ਦੋਦੇ ਵਾਲਾ ਸੰਦੀਪ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਹੈ ਦੋਦਾ ਕੌੜੀ ਪਿੰਡ ਬੜਾ ਮਸ਼ਹੂਰ ਹੈ ਘੋੜੇ ਦਾ ਵੀਰ ਹੈ ਹਰਦੇਵ ਸਿੰਘ ਨੇ ਕਿਹਦੇ ਤਕੜੀ ਕਬੱਡੀ ਖੇਡੀ ਹੈ ਉਹਦੇ ਦੋਨੋਂ ਪੋਤਿਆਂ ਦਾ ਕਹਿੰਦੇ ਨਾਂ ਚੱਲਦਾ ਅੱਜ ਦੇ ਟਾਈਮ ਦੇ ਵਿੱਚ ਲਓ ਅੰਮ੍ਰਿਤ ਨਾਲ ਲੈ ਵੀ ਲਾਈਟਾਂ ਬਾਰੇ ਵੀਰ ਇਹ ਲਾਈਟਾਂ ਥੋੜੇ ਟਾਈਮ ਦੇ ਲਈ ਬੰਦ ਕਰਦੇ ਕਿਸੇ ਖਿਡਾਰੀ ਦੇ ਜਦੋਂ ਕਬੱਡੀ ਪਾਉਂਦਾ ਜਾਂ ਜੱਫਾ ਲਾਉਂਦਾ ਅੱਖਾਂ ਦੇ ਵਿੱਚ ਵੱਜਦੀਆਂ ਪਲੀਜ਼ ਇਹ ਲਾਈਟਾਂ ਜਿਹੜੀਆਂ ਹਲੇ ਬੰਦ ਰੱਖੀਆਂ ਜਾਣ ਲਓ ਅਗਲੀ ਰੇਡ ਪਾਲੀ ਛੰਨਾ ਵਾਲਾ ਗੱਭਰੂ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਜਿਹੜੇ ਖਿਡਾਰੀ ਨੂੰ ਕਹਿੰਦੇ ਅਮਰੀਕਾ ਦਾ ਵੀ 10 ਸਾਲ ਦਾ ਵੀਜ਼ਾ ਮਿਲਿਆ ਤੇ ਜਿਹੜੇ ਖਿਡਾਰੀ ਨੂੰ ਕੈਨੇਡਾ ਦਾ ਵੀ 10 ਸਾਲ ਦਾ ਵੀਜ਼ਾ ਮਿਲਿਆ ਇਹ ਆ ਫਤਿਹਗੜ੍ਹ ਵਾਲਾ ਪਾਲੀ ਮੇਰੇ ਵੀਰੋ ਪਾਉਂਦਾ ਕਬੱਡੀ ਆਓ ਵੇਖਦਾ ਚਾਰਾਂ ਦੇ ਵਿੱਚੋਂ ਹਰਦੇਵ ਲੈ ਵੀ ਹਰਦੇਵ ਦੋ ਵਾਰੀ ਚੇਨ ਟੁੱਟ ਗਈ ਹੈ ਇਹ ਫੇਰ ਨਾ ਆਖੀ ਵੀ ਪੁਆਇੰਟ ਦਿੱਤਾ ਜਾਣਾ ਇੱਕੋ ਵਾਰੀ ਚੇਨ ਟੁੱਟ ਸਕਦੀ ਆ ਉਹ ਵੀ ਬਿੱਟੂ ਜੀ 30 ਸੈਕਿੰਡ ਦੇ ਲਈ ਆ ਕੁਝ ਸੈਕਿੰਡ ਦੇ ਲਈ ਰਪਿੰਦਰ ਜੀ ਇਧਰ ਮਾਨ ਸਨਮਾਨ ਹੋ ਰਿਹਾ ਜੀ ਸਰਕਲ ਪ੍ਰਧਾਨ ਸਰਦਾਰ ਤਰਲੋਚਨ ਸਿੰਘ ਜੀ ਸੰਦੌੜ ਔਰ ਸਰਦਾਰ ਬਾਰਾ ਸਿੰਘ ਜੀ ਟਰੱਕ ਯੂਨੀਅਨ ਪ੍ਰਧਾਨ ਔਰ ਮੁਕੰਦ ਸਿੰਘ ਜੀ ਪੱਤਰਕਾਰ ਔਰ ਸਾਡੇ ਜੋਰਾ ਸਿੰਘ ਜੀ ਸਰਪੰਚ ਸਾਹਿਬ ਸ਼ੇਰਗੜ੍ਹ ਚੀਮਿਆਂ ਵਾਲੇ ਉਹਨਾਂ ਨੂੰ ਸਨਮਾਨ ਦੇ ਰਹੇ ਨੇ ਜੀ ਵਿਜੇ ਰਿਖੀ ਜੀ ਐਡਵੋਕੇਟ ਸਾਹਿਬ ਹੈਲੋ ਜਿਹੜੇ ਵੀਰ ਖੜੇ ਆ ਕਿਰਪਾ ਕਰਕੇ ਬੈਠ ਜਾਓ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਸਟੇਜ ਤੇ ਖੜੇ ਆ ਬੈਠ ਜਾਓ ਵੀਰ ਤੇ ਜੇ ਖੜਨਾ ਤੇ ਬਾਹਰਲੀ ਸਾਈਡ ਵਰਿੰਦਰ ਮੇਰੇ ਵੀਰੋ ਧਰਤੀ ਦਾ ਵਰਿੰਦਰ ਮੇਰੇ ਵੀਰੋ ਦੇ 500 ਰੁਪਇਆ ਮੁੰਡੇ ਨੂੰ ਦਵਿੰਦਰ ਸਰਪੰਚ ਵੱਲੋਂ ਵਰਿੰਦਰ ਦੋਦਰ ਦੇ ਲਈ ਮੇਰੇ ਵੀਰੋ 500 ਰੁਪਇਆ ਆਇਆ ਸੁਲਤਾਨ ਨੂੰ ਜੱਫਾ ਲੱਗਿਆ ਲਓ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਅਮਰੀ ਪੱਤੋ ਹੀਰਾ ਸਿੰਘ ਦਾ ਨੌਜਵਾਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਵੱਡਾ ਇਕੱਠ ਹੈ ਮਲੇਰਕੋਟਲੇ ਦੀ ਧਰਤੀ ਹੈ ਗਲੇਡੀਏਟਰ ਦੇ ਨਾਲ ਮੁਕਾਬਲਾ ਇਸ ਲਈ ਪੁਆਇੰਟ ਸ਼ਾਹਕੋਟ ਦਾ ਪੁਆਇੰਟ ਸੰਦੀਪ ਦਾ ਜੱਫੇ ਤੇ ਜੱਫਾ ਲੱਗ ਰਿਹਾ ਮੇਰੇ ਵੀਰੋ ਸਿਰੇ ਦਾ ਮੈਚ ਹੋ ਰਿਹਾ ਬਾਗੜੀਆ ਸਾਹਿਬ ਕਿੰਨੇ ਜੱਫੇ ਲੱਗ ਗਏ ਦੋਨੇ ਪਾਸਿਆਂ ਤੋਂ ਦੱਸਿਓ ਜਰਾ ਗਿਣੋ ਜਰਾ ਲਓ 11 ਜੱਫੇ ਲੱਗ ਗਏ ਮੇਰੇ ਵੀਰੋ 11 ਜੱਫੇ ਆਹ ਲਓ 12ਵਾਂ ਜੱਫਾ ਮੇਰੇ ਵੀਰੋ ਇਹ ਹਰਦੇਵ ਫੱਕਰ ਝੰਡੇ ਵਾਲਾ ਮੇਰੇ ਵੀਰੋ ਆਓ ਦੇਖੋ ਵੱਜਦੀ ਥਾਪੀ ਸਟੇਜ ਵਾਲਿਆਂ ਨੂੰ ਬਾਈ ਵਾਰ ਵਾਰ ਬੇਨਤੀ ਹੈ ਸਰਪੰਚ ਨੇ 2 ਮਹੀਨੇ ਹੋ ਗਏ ਮਿਹਨਤ ਕੀਤੀ ਹੈ ਗੈਸਟ ਆਏ ਹੋਇਆ ਜੀਵਨ ਆ ਗਿਆ ਮਾਣੂਕੇ ਵਾਲਾ ਮੇਰੇ ਵੀਰੋ ਇਹ ਆ ਮਾਣੂਕੇ ਗਿੱਲ ਦੀ ਧਰਤੀ ਦਾ ਹਰਪਿੰਦਰ ਬੌਂਸਰ ਵੀਰਾਂ ਨੂੰ ਬੇਨਤੀ ਹੈ ਵੀ ਪਾਸ ਚੈੱਕ ਕਰਕੇ ਜੋ ਖੜੇ ਸੰਦੀਪ ਦੇ ਦਰਮਿਆਨ ਮੁਕਾਬਲਾ ਬੱਲੇ 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 ਫਤਿਹਗੜ੍ਹ ਛੰਨਾ ਵਾਲਾ ਇਸ ਵੇਲੇ ਪਾਉਂਦਾ ਰੇਡ ਮੇਰੇ ਵੀਰੋ ਫਤਿਹਗੜ੍ਹ ਛੰਨਾ ਪਿੰਡ ਹੈ ਹਰਦੇਵ ਨੇ ਸੱਚੀ ਬੋਲੀ ਬੋਲੀ ਹੈ ਵੀ ਪੁਆਇੰਟ ਜਿਹੜਾ ਪਾਲੀ ਦਾ ਕਿਉਂਕਿ ਟੱਚ ਲੱਗਿਆ ਸੈਕਿੰਡ ਵਾਟਰ ਬ੍ਰੇਕ ਉਹ ਸਾਹਿਬ ਹੋ ਚੁੱਕੀ ਹੈ ਕਿ ਨਹੀਂ ਪਰ ਸੋਰੀ ਨਹੀਂ ਹੋਈ ਨਹੀਂ ਹੋਈ ਮੈਂ ਕਿਤੇ ਖੜ ਕੇ ਗਿਆ ਸਾਰੇ ਲਓ ਸਾਹਮਣੇ ਇਸ ਵੇਲੇ ਕਬੱਡੀ ਨੌਜਵਾਨ ਖਾਈ ਵਾਲਾ ਦੀਪਾ ਮੇਰੇ ਵੀਰੋ ਪਾਉਣ ਦੇ ਲਈ ਵਾਧਾ ਹੋਇਆ ਲੱਖਾ ਚੀਮਿਆਂ ਵਾਲਾ ਤੇ ਪੁਆਇੰਟ ਖਾਈ ਪਿੰਡ ਦਾ ਦੀਪਾ ਆਜ਼ਾਦ ਕਬੱਡੀ ਕਲੱਬ ਦੀ ਟੀਮ ਦੇ ਲਈ ਜੋੜਦਾ ਹੋਇਆ ਅਗਲੀ ਰੇਡ ਹੂਟਰ ਵਾਲੇ ਬਾਈ ਲਸਾੜੇ ਵਾਲਿਆ ਦਿਲਵਰ ਲਓ ਸਾਹਮਣੇ ਸੁਲਤਾਨ ਰੇਡ ਪਾ ਰਿਹਾ ਲਓ ਸੁਲਤਾਨ ਮੇਰੇ ਵੀਰੋ ਸ਼ਮਸ਼ਪੁਰੀਆ ਸੁਲਤਾਨ ਖੇਡੂ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਲਈ ਅੰਟਾਰੀਓ ਦੇ ਖੇਡ ਮੈਦਾਨਾਂ ਦੇ ਵਿੱਚ ਪਿੰਕੀ ਢਿੱਲੋਂ ਹੋਣਾ ਦੇ ਲਈ
ਮਲਕੀਤ ਦਿਓਲ ਹੋਣਾ ਦੇ ਲਈ, ਗੁੜਿਆਂ ਵਾਲੇ ਸੁੱਖੇ ਦੀ ਟੀਮ ਦੇ ਲਈ ਮੇਰੇ ਵੀਰੋ, ਕਾਲੇ ਹਾਂਸ ਹੋਣਾ ਦੀ ਖੇਡ ਕਲੱਬ ਦੇ ਲਈ ਇਹ ਨੌਜਵਾਨ ਖੇਡੂ ਇਸ ਸਾਲ ਮੇਰੇ ਵੀਰੋ, ਨੌਜਵਾਨ ਸੁਲਤਾਨ ਤੇ ਸੰਦੀਪ ਦੋਦੇ ਵਾਲਾ ਅਗਲੀ ਰੇਡ ਪਾਉਂਦਾ ਹੋਇਆ। ਲਓ ਸੰਦੀਪ ਦੋਦੇ ਵਾਲੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ, ਚਾਰ ਜਾਫੀ ਤਿਆਰ ਨੇ। ਸੁਖਜੀਤ ਘੱਲ ਕਲਾਂ ਬਾਰੇ ਕੋਚ ਇਸ ਟੀਮ ਦੇ ਕਹਿੰਦੇ ਉਹ ਵੀ ਪੁੱਜੇ ਹੋਏ ਹੈ। ਲਓ ਦੋਦੇ ਵਾਲੇ ਸੰਦੀਪ ਦੀ ਕਹਿੰਦੇ ਕਬੱਡੀ ਪੈ ਰਹੀ ਹੈ, ਰਿਸ਼ਤਾਲ ਨੇ ਗੁੱਟ ਫੜਿਆ, ਦੋਦੇ ਵਾਲਾ ਕਹਿੰਦੇ ਬੈਕ ਭਜਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸੰਦੀਪ ਦੋਦੇ ਵਾਲਾ। ਰਵੀ ਆਲੋ ਢੇਰੀਆਂ ਵਾਲਾ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ। ਲਓ ਰਵੀ ਦੀ ਰੇਡ ਮੇਰੇ ਵੀਰੋ, ਨਕੋਦਰ ਦੇ ਲਾਗੇ ਆਲੋਵਾਲ ਢੇਰੀਆਂ ਪਿੰਡ ਬੜਾ ਮਸ਼ਹੂਰ ਹੈ ਇਸ ਨੌਜਵਾਨ ਦਾ, ਉਸੇ ਪਿੰਡ ਦੇ ਹੈਪੀ ਹੋਣਾ ਦੀ ਗੱਲ ਹੋਈ ਹੈ। ਰਵੀ ਕਬੱਡੀ ਪਾ ਰਿਹਾ, ਨੌਜਵਾਨ ਕਮਨ ਕਾਲੀਏ ਵਾਲਾ ਕਰਦਾ ਕੋਸ਼ਿਸ਼ ਜੱਫਾ ਲਾਉਣ ਦੀ, ਢਾ ਕੇ ਹਿੱਕ ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮੇਰੇ ਵੀਰੋ, ਜ਼ੋਰਦਾਰ ਤਾੜੀਆਂ। ਮਲੇਰਕੋਟਲੇ ਦੇ ਵਿੱਚ ਬਾਗੜੀਆ ਸਾਹਿਬ ਕਿੰਨਵਾਂ ਜੱਫਾ ਲੱਗਿਆ ਹੈ, ਤੇਰਵਾਂ ਕਿ ਚੌਦਵਾਂ, ਮੈਨੂੰ ਲੱਗਦਾ ਵੀ ਚੌਦਵਾਂ ਹੋਣਾ। ਪਰਮਜੀਤ ਸਿੰਘ ਜੀ, ਅਗਲੀਆਂ ਟੀਮਾਂ ਮਾਲਵਾ ਸਮਰਾਲਾ ਵਰਸਜ ਬਾਬਾ ਫੁੱਲੂ ਪੀਰ ਰੋਣੀ, ਇਹ ਟੀਮਾਂ ਵੀ ਰੋਣੀ ਵਾਲੇ ਹਰਦੀਪ ਆਪਣੀ ਟੀਮ ਨੂੰ ਲੈ ਕੇ ਆ ਨੌਜਵਾਨ ਹੈ। ਹਰਦੀਪ ਨੇ ਕਹਿੰਦੇ ਇਸ ਇਲਾਕੇ ਦੇ ਵਿੱਚ ਕੋਈ ਅਕੈਡਮੀ ਨਹੀਂ ਸੀ ਤੇ ਇਸ ਇਲਾਕੇ ਦੇ ਵਿੱਚ ਟੀਮ ਬਣਾਈ ਹੈ, ਤੇ ਇੱਧਰ ਕੋਚ ਹਰਬੰਸ ਸਿੰਘ ਜੀ ਮਹਾਨ ਖਿਡਾਰੀ ਤੇ ਮਹਾਨ ਕੋਚ, ਗੱਲਾਂ ਹੁੰਦੀਆਂ ਮੇਰੇ ਵੀਰੋ। ਫਿੰਡੀ ਝਾੜ ਸਾਹਿਬ ਵਰਗੇ ਜਿਨ੍ਹਾਂ ਤੋਂ ਸਿੱਖਿਆ ਤੇ ਦੁਨੀਆ ਦੇ ਸਟਾਰ ਬਣੇ ਆ ਮੇਰੇ ਵੀਰੋ। ਨਾਲ ਹੀ ਕਹਿੰਦੇ 29 ਜਨਵਰੀ ਰਾਏਕੋਟ ਦਾ ਵੱਡਾ ਕੱਪ ਹੋਵੇਗਾ, ਬੂਟਾ ਛਾਪਾ ਜੀ ਸੱਦਾ ਦੇ ਰਿਹਾ ਹੈ। ਇਸੇ ਫੈਡਰੇਸ਼ਨ ਦੀਆਂ 8 ਟੀਮਾਂ ਤੇ ਬੈਸਟ ਦੇ ਲਈ ਬੁਲਟ ਮੋਟਰਸਾਈਕਲ ਰਾਏਕੋਟ ਦੇ ਕਬੱਡੀ ਕੱਪ ਤੇ ਦਿੱਤੇ ਜਾਣਗੇ। ਲਓ ਸਿਰੇ ਦਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ। ਵਿਕਰਮਜੀਤ ਕਾਲਾ ਬੈਰੋ ਕੇ ਵਾਲਾ ਤੇ ਜਲਾਲ ਪਿੰਡ ਵਾਲਾ ਗੱਲ ਕਰਦਾ ਹੈ। ਕਾਲਾ ਬੈਰੋ ਕੇ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਚਾਰ ਨੇ, ਚਾਰੇ ਮਹਾਰਥੀ ਹੈ ਕਬੱਡੀ ਦੇ। ਕਾਲਾ ਪਾਉਂਦਾ ਕਬੱਡੀ, ਚੜ੍ਹਦੀ ਜੀ ਵਰੇਸ ਦਾ ਨੌਜਵਾਨ। ਇਸ ਵੇਲੇ ਮੁਕਾਬਲਾ ਸੰਦੀਪ ਦੇ ਨਾਲ ਹੈ ਮੇਰੇ ਵੀਰੋ, ਤੇ ਪੁਆਇੰਟ ਆਜ਼ਾਦ ਕਬੱਡੀ ਕਲੱਬ ਫ੍ਰਿਜ ਨੂੰ ਕੈਨੇਡਾ ਦੀ ਟੀਮ ਦੇ ਹਿੱਸੇ ਜਾ ਜੁੜਿਆ ਹੈ। ਕੈਨੇਡਾ ਤੋਂ, ਅਮਰੀਕਾ ਤੋਂ, ਇੰਗਲੈਂਡ ਤੋਂ ਭਰਾਵਾਂ ਦਾ ਵੱਡਾ ਯੋਗਦਾਨ ਹੈ ਮੇਰੇ ਵੀਰੋ ਇਸ ਖੇਡ ਕਲੱਬ ਦੇ ਲਈ। ਔਰ ਸ਼ਾਹਕੋਟ ਦੀ ਟੀਮ ਦੇ ਲਈ ਵੀ ਕੈਨੇਡਾ, ਅਮਰੀਕਾ, ਇੰਗਲੈਂਡ, ਯੂਰਪ ਤੋਂ ਮੇਰੇ ਵੀਰੋ ਪਿੰਕੇ ਸ਼ੇਖੋ ਉਹਨਾਂ ਦਾ ਵੱਡਾ ਯੋਗਦਾਨ ਹੈ। ਲਓ ਪਾਲੀ ਫਤਿਹਗੜ੍ਹ ਛੰਨਾ ਵਾਲਾ ਤੇ ਦੌਦਰ ਵਾਲਾ ਵਰਿੰਦਰ ਕਰਦਾ ਕੋਸ਼ਿਸ਼ ਤੇ ਪੁਆਇੰਟ ਮੇਰੇ ਵੀਰੋ, ਪਾਲੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਦੋਦੇ ਵਾਲਾ ਸੰਦੀਪ ਖੇਡ ਮੈਦਾਨ ਦੇ ਵਿੱਚ ਫਿਰ ਕਬੱਡੀ ਪਾਉਣ ਦੇ ਲਈ ਨੌਜਵਾਨ ਵਾਧਾ ਹੋਇਆ। ਲਓ ਸੰਦੀਪ ਦੋਦੇ ਵਾਲਾ ਮੇਰੇ ਵੀਰੋ, ਸੰਦੀਪ ਕਬੱਡੀ, ਚਾਰ ਜਾਫੀ ਤਿਆਰ ਨੇ, ਚਾਰਾਂ ਦੇ ਵਿੱਚੋਂ ਕੌਣ ਕੌਣ ਮਾਈ ਦਾ ਲਾਲ ਇਸ ਸੰਦੀਪ ਦੇ ਨਾਲ ਮੁਕਾਬਲਾ ਕਰਦਾ ਹੈ? ਇਹ ਸਮੇਂ ਦੀ ਗੱਲ ਹੋਣੀ ਹੈ, ਜਾਂ ਸੰਦੀਪ ਦਾ ਸੰਦੀਪ ਦੇ ਨਾਲ ਮੁਕਾਬਲਾ ਹੋਊ ਜਾਂ ਦੀਸ਼ੇ ਦੇ ਨਾਲ, ਪਰ ਡਬਲ ਟੱਚ ਹੋ ਚੁੱਕਿਆ ਹੈ ਤੇ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ। ਲਓ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਸੁਲਤਾਨ ਖੇਡ ਮੈਦਾਨ ਦੇ ਵਿੱਚ ਬੇਨਤੀ ਹੈ ਰੱਬ ਵਰਗੀਆਂ ਸੰਗਤਾਂ ਅੱਗੇ ਵੀ ਬਾਈ ਥੋੜਾ ਥੋੜਾ ਪਿੱਛੇ ਨੂੰ ਰਿਹੋ, ਕੋਈ ਵੀ ਮੇਰਾ ਵੀਰ ਧੱਕਾ ਨਾ ਲਾਵੇ ਜਾਲ ਨੂੰ, ਬੜੀ ਮਿਹਰਬਾਨੀ ਹੈ ਸਾਰੇ ਭਰਾਵਾਂ ਦੀ। ਇਹ ਤੁਹਾਡਾ ਹੀ ਟੂਰਨਾਮੈਂਟ ਹੈ, ਤੁਹਾਡਾ ਹੀ ਸਾਰਾ ਕੁਝ ਹੈ, ਇਹਨਾਂ ਦਾ ਕੁਝ ਨਹੀਂ। ਲਾਓ ਹਰਦੇ ਭੱਲੇ ਭੱਲੇ ਭੱਲੇ, ਵਾਹ ਸੁਲਤਾਨ, ਸੁਲਤਾਨ ਕਬੱਡੀ ਪਾ ਕੇ ਪੜ੍ਹਨ ਲੱਗੇ ਵਾਪਸ ਗਿਆ। ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਅਮਰੀਤ ਪੱਤੋ ਹੀਰਾ ਸਿੰਘ ਦੀ ਧਰਤੀ ਦਾ ਮੇਰੇ ਵੀਰੋ, ਖੇਡ ਮੈਦਾਨ ਦੇ ਵਿੱਚ ਨੌਜਵਾਨ ਵਾਧਾ ਹੋਇਆ ਹੈ। ਅਮਰੀਤ ਪੱਤੋ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਹੈ। ਲਓ ਨੰਗਲ ਅੰਬੀਆਂ ਵਾਲਾ, ਲੱਖਾਂ ਚੀਮਿਆਂ ਵਾਲਾ, ਤੇ ਸਾਹਮਣੇ ਵੇਖਦਾ ਵੀ ਲੱਖੇ ਚੀਮਿਆਂ ਵਾਲੇ ਦੇ ਨਾਲ ਮੁਕਾਬਲਾ ਹੈ। ਬਿੰਦੂ ਫਰਾਲੇ ਦਾ ਇਸ਼ਾਰਾ ਵੀ ਪੁਆਇੰਟ, ਦੀਸ਼ੇ ਚੱਕਾ ਵਾਲੇ ਨੇ, ਆਲੋ ਵਾਲੀ ਹੈ ਦੀਸ਼ੇ ਨੇ ਕਹਿੰਦੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਪਾਲੀ ਛੰਨਾ ਵਾਲਾ ਅਗਲੀ ਰੇਡ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਵੱਡਾ ਇਕੱਠ ਹੋਇਆ, ਇਤਿਹਾਸਿਕ ਇਕੱਠ ਹੈ ਮੇਰੇ ਵੀਰੋ ਅੱਜ ਦੇ ਕਬੱਡੀ ਕੱਪ ਦਾ। ਲਓ ਬਾਬਾ ਫੁੱਲੂ ਪੀਰ ਕਬੱਡੀ ਅਕੈਡਮੀ ਰੌਣੀ ਦੀ ਟੀਮ ਵੀ ਪੁੱਜ ਚੁੱਕੀ ਹੈ। ਕਮਲ ਕਾਲੀਏ ਵਾਲਾ ਨੌਜਵਾਨ ਕੋਸ਼ਿਸ਼ ਕਰ ਰਿਹਾ ਤੇ ਪਾਲੀ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਵੈਰੋਕੇ ਦਾ ਕਾਲਾ ਅਗਲੀ ਰੇਡ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਲਓ ਸਿੱਖੀ ਸਰੂਪ ਦੇ ਵਿੱਚ ਮੇਰੇ ਵੀਰੋ, ਜਿਲ੍ਹੇ ਮੋਗੇ ਦਾ ਸੰਦੀਪ ਹੈ, ਸੰਦੀਪ ਸ਼ਾਹਕੋਟ ਦੇ ਇਲਾਕੇ ਦਾ, ਪਰ ਵੇਖਦਾ ਵੀ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ। ਪੁਆਇੰਟ ਕਾਲਾ ਵੈਰੋਕੇ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਪਹਿਲਾ ਸੈਮੀਫਾਈਨਲ ਮੈਚ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ, ਸੈਮੀਫਾਈਨਲ ਮੈਚ ਦੇ ਵਿੱਚ ਕਹਿੰਦੇ ਸੁਲਤਾਨ
इस वे मेरे वीरों कबड्डी पाउण दे लई नौजवान वध्या होया शमशपुर की धरती का सुल्तान हरदेव 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 झंडे वाला वेखो पॉइंट सुल्तान दा हरहनी टौंसा प्रधान स्पोर्ट्स क्लब टौंसा ते जनरल सकत्तर दुआबा जोन श्रोमणी अकाली दल रजेश आस्ट्रेलिया बनीत कुमार वाइन ठेकेदार अवतार प्रधान होनी मेरे वीरो सनी बलाचौर बिक्की टौंसा पिट्टू टौंसा बब्बू रेल माजरा रैल माजरा मनी टौंसा अवतार टौंसा अशोक ते सोनू होनी सारे वीर पुजे हुए है विशेष तौर पर धन्यवाद है संदीप का संदीप के नाल मुकाबला है बाह बल्ले नौजवान गभरू है संदीप दोते वाला नौजवान अपनी टीम के लिए पढ़ने का वादा कर गया सिरे का मैच है एन कहते स्वाद आया एक एक कबड्डी का पाली नौजवान शन्ना की धरती का अगली रेड पाने के लिए खेल मैदान वाटा होया चार जाफी तैयार ने बंदा डोर वाला सोना बड़ा कमाल का जाफी है कलवीर कारिए वाला है बहादुर का वरिंदर है कमल कारिए वाला है सामने नौजवान कलवीर के नाल मुकाबला है देखना भी इस वे वाह वाह नौजवान है पॉइंट रेडर का है मेरे वीरो बिट्टू समरारे वाले ने जसपाल वांगरा वाले ने चढ़त रही है मेरे वीरो बिट्टू जसपाल वांगरा वाले की भी कबड्डी चट्ठा साहब ने जो बिट्टू पहली बार गया विदेशों की सैर करवाई है उदो तो हुण तक नाल है ते नाल ही मेरे वीरो बड़ी जिम्मेवारी सौंपी हुई है लखा चीमिया वाला गभरू खेल मैदान रज गई है नौजवान लखे है लखा चीमिया वाला जफा ला रहा है मेरे वीरो गुरप्रीत भी पुजा हुआ चंगी आने वाला इधर गुरप्रीत बुरज वाला भी पुजा हुआ मेरे वीरो इसे ही खेल क्लब के संदीप लुटर भी दड़दे वाला पुजा है लो सामने सुल्तान इस वे वरिंदर के नाल मुकाबला है वरिंदर दादर ते सुल्तान के दरम्यान टक्कर है ते पॉइंट इस वे रेडर के हिस्से जा जुड़ा है पॉइंट सुल्तान का बड़ा फासला मैच है मेरे वीरो जीवन आ गया फिर कबड्डी पाउण दे लई मेरे वीरो माणू के गिल की धरती है दुनिया के विच नाम है छोटी उम्र है छोटा भार है लो मुकाबला लखे दे नाल जीवन की खेल नूं कहड़े कहड़े पसंद करदे आ लो पाली शन्ना वाला इसलिए रेड पाउण दे लई खेड मैदान दे विच वधा होया पाली की कबड्डी चार जाफी हुण चौं दे विचों देखदा है पॉइंट नौजवान धारी ने पाली ने अपनी टीम के लिए जोर दिता है संदीप दोते वाला नौजवान अगली रेड पाउण दे लई खेड मैदान दे विच वाधा लो दोते कौणी वाला संदीप मेरे वीरो मुक्तसर साहब की पावन ते पवित्र धरती चारी मुक्तियां दी धरती का नौजवान संदीप मेरे वीरो संदीप का संदीप दे नाल मुकाबला हो चुका है गुट फड़िया छड़ाया गुट चढ़ती वरेस है संदीप ते तजर्बा वड्डा है बाहो संदीप सिंह लो सुल्तान अगली रेड पाउण दे लई खेड मैदान दे विच फिर वाधा होया शमशपुरिया के भज्जिया नूं इक्को जिक्के बाण मित्रो टक्करे ने हाणिया नूं हाण मित्रो राजा खेला लिखे गल लख लख दी धुम पैगी मरेल कोटले दे कबड्डी कप दी लो धुम पई हुई है सुल्तान ने कहंदे पॉइंट अपनी टीम दे लई जोर दित्ता है वैरों की वाला काला अगली रेड पाउण दे लई फिर खेड मैदान दे विच वाधा होया फसवा मैच है लो लग्या पै जोर जिता हारा दे फैसले हो जाने मेरे वीरो एन बराबरी ते चलदा होया मुकाबला लग्या पै जोर बैरों के बारे विक्रमजीत सिंह दी रेड है दिशा तैयार है रशपाल अमृत आओ वेखो सामने इसलिए इशारा की है बिंदु फराले वाले का पॉइंट पॉइंट रेडर का बैरों के बारे पॉइंट इसलिए मैच समाप्त मेरे वीरो दी टीम दे लई जोर दित्ता है मैच समाप्त है ओ दसो फिर कौन जित गया शाह